ਕਿਸਾਨ ਦੋਸਤੋ ਮੌਸਮ ਵਾਲੀ ਮੁੱਖ ਵੀਡੀਓ ਦੇ ਵਿੱਚ ਹਰਿਆਣਾ ਦੇ ਕੁਝ ਜ਼ਿਲ੍ਹੇ ਰਹਿ ਗਏ ਸੀ ਤਾਂ ਇਸ ਵੀਡੀਓ ਦੇ ਵਿੱਚ 21 ਜੁਲਾਈ 2021 ਤੱਕ ਹਰਿਆਣਾ ਦੇ ਵਿੱਚ ਮੌਸਮ ਕਿਸ ਤਰੀਕੇ ਦਾ ਰਹੇਗਾ ਉਹਦੇ ਬਾਰੇ ਸੰਪੂਰਨ ਹਰਿਆਣਾ ਦੀ ਗੱਲ ਕਰਾਂਗੇ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 17 ਜੁਲਾਈ 2021 ਨੂੰ ਸ਼ਾਮ ਦੇ 6:40 ਮਿੰਟ ਤੇ ਵੀਡੀਓ ਬਣਾ ਰਿਹਾ ਤਾਂ ਹਰਿਆਣਾ ਦਾ ਮੌਸਮ ਸ਼ੁਰੂ ਕਰਾਂ ਤਾਂ ਸਭ ਤੋਂ ਪਹਿਲਾਂ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਜਿਸ ਤਰ੍ਹਾਂ ਇਹ ਕੁਝ ਜੜੇ ਜ਼ਿਲ੍ਹੇ ਹੈ ਯਮਨਾਨਗਰ, ਕੁਰਕ ਖੇਤਰ, ਕੈਥਲ, ਪਟਿਆਲਾ, ਸੰਗਰੂਰ, ਜੀਂਦ, ਪਾਣੀਪਤ, ਸੋਨੀਪਤ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਚੰਗੀ ਜਾਂ ਹਲਕੀ ਤੋਂ ਲੈ ਕੇ ਮੱਧਮ ਦਰਜੇ ਤੱਕ ਦੀ ਵਰਖਾ ਹੋ ਸਕਦੀ ਹੈ। ਦੋਸਤੋ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਵਰਖਾ ਦੇ ਦੌਰ ਦੀ ਉਹ ਦੌਰ ਸ਼ੁਰੂ ਹੋ ਚੁੱਕਾ ਹੈ ਤੇ ਭਾਰਤੀ ਮੌਸਮ ਵਿਭਾਗ ਦੇ ਕਹਿਣੇ ਕਿ ਹਰਿਆਣਾ ਦੇ ਵਿੱਚ 18 ਜੁਲਾਈ ਤੋਂ ਲੈ ਕੇ 21 ਜੁਲਾਈ ਤੱਕ ਇੱਕਾ ਦੁੱਕਾ ਥਾਵਾਂ ਤੇ ਭਾਰੀ ਤੋਂ অতি ਭਾਰੀ ਤੇ ਕਈ ਜਗ੍ਹਾ ਤੇ ਭਾਰੀ ਵਰਖਾ ਹੋਣ ਦੀ ਚੇਤਾਵਨੀ ਹੈ ਤੇ 21 ਜੁਲਾਈ ਤੱਕ ਹੀ ਨਹੀਂ ਇਹ ਸਿਸਟਮ 23 ਜੁਲਾਈ ਤੱਕ ਚੱਲੇਗਾ ਇਹ ਸਿਸਟਮ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਕਿ 75 ਤੋਂ 100% ਤੱਕ ਏਰੀਆ ਕਵਰ ਕਰੇਗਾ ਮਤਲਬ ਕਿ ਤੁਸੀਂ ਡੱਬ ਵਾਲੀ ਤੋਂ ਚੱਲ ਪਾਉਗੇ ਤਾਂ ਦਿੱਲੀ ਤੱਕ ਤੁਹਾਨੂੰ ਲਗਾਤਾਰ ਵੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਇਸ ਤਰੀਕੇ ਦਾ ਸਿਸਟਮ ਹੋਏਗਾ ਆਪਾਂ ਇਹ ਜ਼ਿਲੇ ਵਾਰ ਗੱਲ ਕਰੀਏ ਉਸ ਤੋਂ ਪਹਿਲਾਂ ਇਹ ਦੇਖ ਲੈਣੇ ਹੈ ਕਿ ਹਰਿਆਣਾ ਦੇ ਵਿੱਚ 18 19 ਅਤੇ 20 ਜਿਲ੍ਹਾਈ ਜਲਾਈ ਨੂੰ orange ਕਲਰ ਦੀ ਵਾਰਨਿੰਗ ਤੇ ਭਾਰੀ ਵਰਖਾ ਤੇ 21 ਤਰੀਕ ਨੂੰ ਭਾਰੀ ਵਰਖਾ ਤੇ yellow ਕਲਰ ਦੀ ਵਾਰਨਿੰਗ ਹੈ ਦੋਸਤੋ ਹਰਿਆਣਾ ਦੇ ਵਿੱਚ ਜਿਹੜੇ ਜ਼ਿਲ੍ਹੇ ਰਹਿ ਗਏ ਸੀ ਮੈਂ ਪਹਿਲਾਂ ਉੱਥੇ ਤੋਂ ਸ਼ੁਰੂ ਕਰਾਂਗਾ ਚਰਖੀ ਦਾਦਰੀ ਬੇਵਾਨੀ 18 ਤੇ 19 ਜੁਲਾਈ 2021 ਨੂੰ ਭਾਰੀ ਤੋਂ অতি ਭਾਰੀ ਵਰਖਾ ਹੋਣ ਦੀ orange color ਦੀ warning ਹੈ 20 ਨੂੰ ਭਾਰੀ ਵਰਖਾ ਹੋਣ ਦੀ warning ਹੈ ਜੀਂਦ ਦੇ ਵਿੱਚ 18 ਨੂੰ ਥੰਡਰਸਟਾਰਮ 19 ਨੂੰ ਭਾਰੀ ਤੋਂ অতি ਭਾਰੀ ਅਤੇ 20 ਤਰੀਕ ਨੂੰ ਭਾਰੀ ਵਰਖਾ ਹੋਣ ਦੀ yellow warning ਹੈ ਹੀ ਸਾਰ 18-19 ਨੂੰ ਭਾਰੀ ਤੋਂ অতি ਭਾਰੀ ਵਰਖਾ ਹੋਣ ਦੀ yellow warning ਹੈ ਜਦੋਂ ਕਿ 20 ਤਰੀਕ ਨੂੰ ਠੰਡਾ ਸਟਾਰਮ ਦੀ orange yellow warning ਹੈ ਇਹ 18-19 ਨੂੰ orange ਤੇ 20 ਨੂੰ yellow warning ਫਤਿਹਬਾਦ ਦੇ ਵਿੱਚ ਇਹ yellow ਕਲਰ ਦੀ warning ਹੈ ਜਿਹਦੇ ਵਿੱਚ 18 ਤੇ 20 ਜੁਲਾਈ 2021 ਦੇ ਦਰਮਿਆਨ ਇਹ ਮੱਧਮ ਦਰਜੇ ਦੀ ਵਰਖਾ ਹੋ ਸਕਦੀ ਹੈ ਪਰੰਤੂ ਉੰਨੀ ਨੂੰ ਭਾਰੀ ਵਰਖਾ ਇੱਥੇ ਹੋ ਸਕਦੀ ਹੈ ਸਿਰਸਾ ਦੇ ਵਿੱਚ ਜਿਹੜਾ ਵਰਖਾ ਹੈਗੀ ਹੈ ਉਹ ਵਰਖਾ ਮੱਧਮ ਦਰਜੇ ਦੀ ਵਰਖਾ ਹੋਣ ਦੀ ਸੰਭਾਵਨਾ ਹੈ ਕਿਸੇ ਕਿਸਮ ਦੀ ਜਿਹੜੀ ਹੈਗੀ ਹੈ ਭਾਰੀ ਵਰਖਾ ਦੀ ਸੰਭਾਵਨਾ ਨਹੀਂ ਹੈਗੀ ਮੱਧਮ ਦਰਜੇ ਦੀ ਵਰਖਾ ਸਰਸਾ ਦੇ ਵਿੱਚ ਇਹਨਾਂ ਸੰਭਾਵਨਾ ਪ੍ਰਗਟ ਕੀਤੀ ਹੈ ਇਸ ਤੋਂ ਬਾਅਦ ਬਾਕੀ ਜ਼ਿਲ੍ਹੇ ਦੇਖੀਏ ਭਾਵੇਂ ਕਿ ਪਹਿਲੀ ਵੀਡੀਓ ਚ ਕਵਰ ਹੋ ਗਏ ਸੀਗੇ ਪਾਣੀਪਤ ਪਾਣੀਪਤ 18 ਨੂੰ ਭਾਰੀ 19 ਅਤੇ ਪਾਣੀਪਤ ਸੋਨੀਪੱਤ 18 ਨੂੰ ਭਾਰੀ 19 ਅਤੇ 20 ਨੂੰ orange ਕਲਰ ਦੀ ਵਾਰਨਿੰਗ ਹੈ ਭਾਰੀ ਤੋਂ অতি ਭਾਰੀ ਵਰਖਾ ਹੋਣ ਦੀ ਰੌਤਕ 18 ਤੇ 19 ਨੂੰ ਭਾਰੀ ਤੋਂ অতি ਭਾਰੀ ਵਰਖਾ ਦੀ orange ਵਾਰਨਿੰਗ ਹੈ 20 ਨੂੰ ਭਾਰੀ ਵਰਖਾ ਦੀ yellow ਵਾਰਨਿੰਗ ਹੈ ਫਰੀਦাবাদ ਪਲਵਲ ਮੇਵਾਤ ਗੁਰੂਗ੍ਰਾਮ ਝੱਜੜ ਰਿਵਾਰੀ ਮਹਿੰਦਰਗੜ 18 19 20 ਦੇ ਦਰਮਿਆਨ ਪਾਰੀ ਪਾਰੀ ਜਾਂ ਭਾਰੀ ਤੋਂ অতি ਭਾਰੀ ਵਰਖਾ ਹੋਣ ਦੀ orange color ਦੀ ਵਾਰਨਿੰਗ ਹੈ ਵਰਖਾ 23 ਤਰੀਕ ਤੱਕ ਜਾਰੀ ਰਹਿ ਸਕਦੀ ਹੈ ਤਾਂ ਦੋਸਤੋ ਜਿਹੜਾ ਇਹ ਸੈੱਟ ਹੈ ਜਿਹੜੀ ਮੈਂ ਗੱਲ ਕਰਾਂ ਜਿਵੇਂ ਕਰਨਾਲ ਯਮਨਾ ਨਗਰ ਅੰਬਾਲਾ ਪੰਚਕੁਲਾ 20 ਜੁਲਾਈ ਨੂੰ ਭਾਰੀ ਤੋਂ অতি ਭਾਰੀ ਵਰਖਾ ਹੋਣ ਦੀ orange color ਦੀ ਵਾਰਨਿੰਗ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 18 19 ਅਤੇ 20 ਦੇ ਨਾਲ 21 ਨੋਂ ਭਾਰੀ ਵਰਖਾ ਦੇ ਵੀ ਵਾਰਨਿੰਗ ਜਾਰੀ ਹੋਈ ਹੈ ਕੈਥਲ ਪੁਰੂਖ ਖੇਤਰ 18 19 ਅਤੇ 20 ਨੂੰ ਭਾਰੀ ਵਰਖਾ ਹੋਣ ਦੀ yellow ਵਾਰਨਿੰਗ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਨੇ ਜਾਰੀ ਕੀਤੀ ਹੈ ਕੁੱਲ ਮਿਲਾ ਕੇ ਜੇ ਆਪਾਂ ਦੇਖਦੇ ਆਂ ਤਾਂ ਪੂਰੇ ਦਾ ਪੂਰਾ ਹਰਿਆਣਾ ਹੀ ਇਸ ਸਮੇਂ ਚੰਗੀ ਵਰਖਾ ਦਾ ਗਵਾਹ ਬਣੇਗਾ ਜਿਹਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ অতি ਭਾਰੀ ਵਰਖਾ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਵਰਖਾ ਤੇ ਕੇਵਲ ਕੁਝ ਜ਼ਿਲ੍ਹੇ ਹੀ ਹੈ ਜਿੱਥੇ ਕਿ ਮੱਧਮ ਦਰਜੇ ਦੀ ਵਰਖਾ ਹੋਣ ਦੀ ਸੰਭਾਵਨਾ ਹੈ ਤਾਂ ਦੇਖਦੇ ਹਾਂ ਬਾਕੀ ਮੌਸਮ ਕਿਸਤ ਕਰਵਟ ਅਗੇ ਜਿਹੜਾ ਬੈਠਦਾ ਜਾਂ ਕਿਸ ਤਰਫ ਨੂੰ ਮੁੜਦਾ ਜੇਕਰ ਕੋਈ ਇਹਦੇ ਪ੍ਰਤੀ ਨਵੀਂ ਅਪਡੇਟ ਆਏਗੀ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਊਗੀ ਤਾਂ ਦੋਸਤੋ ਭਾਰਤੀ ਮੌਸਮੀ ਭਾਗ ਦਿੱਲੀ ਅਤੇ ਚੰਡੀਗੜ੍ਹ ਦੀ ਸਹਾਇਤਾ ਦੇ ਨਾਲ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ ਹੈ ਮਿਹਰਬਾਨੀ ਜੀ ਧੰਨਵਾਦ ਜੀ